Oh,
I'm
ਜਦੋਂ ਅਰਥ ਦਾ ਮਕਸਦ ਸਾਹਮਣੇ ਆਉਂਦਾ ਉਦੋਂ ਇਹੋ ਹੀ ਭਾਵ ਹੁੰਦਾ ਕਿ ਜਿਹੜੀ ਗੱਲ ਦੀ ਮੈਨੂੰ ਸਮਝ ਨਹੀਂ ਆਈ ਇਹ ਸਮਝਾ ਦੇ, ਇਹਦੇ ਅਰਥ ਕਰ ਦੇ। ਕਿੱਥੇ ਲਫ਼ਜ਼ ਨੇ ਲਿਖਤ ਦੇ ਇਸ ਪੈਰੇ ਵਿੱਚ ਭਾਵ ਇਸ ਸ਼ਬਦ ਵਿੱਚ ਇਸ ਪਦ ਵਿੱਚ ਜੋ ਕੁਛ ਲਿਖਿਆ ਉਹ ਝੂਠ ਨਹੀਂ। ਝੂਠ ਤਾਂ ਛੁਪਿਆ ਹੁੰਦਾ, ਉਹਨੂੰ ਅਰਥ ਆਉਣਾ ਮੁਸ਼ਕਿਲ ਹੋ ਜਾਂਦਾ। ਇਹ ਤਾਂ ਸੱਚ ਹੈ, ਦੁਨੀਆਂ ਨਾਲ ਬੀਤ ਰਿਹਾ ਸੰਸਾਰ ਅੱਖੀ ਦੇਖ ਰਹੇ ਹੈ। ਕਹਿਣ ਲੱਗੇ ਤੇ ਗੁਰੂ ਆਖ ਵੀ ਰਿਹਾ, ਇੱਕ ਵਾਰ ਸ਼ਬਦ ਦੀ ਇੱਕ ਲਾਈਨ ਆਈ ਸੀ ਕਿ ਦੇਖੋ ਪਸਾਰ ਨੈਣ, ਸੁਣੋ ਸਾਧੂ ਕੇ ਬੈਣ। ਜੋ ਕੁਝ ਬਾਣੀ ਸਤਿਗੁਰੂ ਆਖ ਰਿਹਾ ਉਹ ਸੁਣ ਤੇ ਮੇਰਾ ਸੁਣਨਾ ਵੇਖ ਲੈ, ਉਹ ਸਭ ਕੁਝ ਠੀਕ ਹੋ ਰਿਹਾ। ਦੇਖੋ ਪਸਾਰ ਨੈਣ, ਸੁਣੋ ਸਾਧੂ ਕੇ ਬੈਣ। ਕਿ ਜੇ ਦੇਖ ਕੇ ਵੀ ਸੁਣ ਕੇ ਵੀ ਅਜੇ ਮਸਲਾ ਅਰਥਾਏ ਲੈ ਦਾ ਹੀ ਰਹਿ ਜਾਏ, ਅਜੇ ਸਮਝ ਨਹੀਂ ਆ। ਸਮਝ ਨਹੀਂ ਆਈ ਤੇ ਫਿਰ ਕੌਣ ਸਮਝਾਏ। ਹੁਣ ਇੱਥੇ ਸਵਾਲ ਕਲ ਯੁਗ ਦਾ ਹੈ, ਯੁਗ ਨਾਮ ਸਮੇਂ ਦਾ। ਉਹ ਤਾਂ ਮਿਥਾਸੋ ਕਹਾਣੀਆਂ ਨੇ ਜਿਨ੍ਹਾਂ ਨੇ ਯੁਗਾਂ ਨੂੰ ਵੀ ਵੱਖ ਵੱਖ ਮਨੁੱਖਾਂ ਦਾ ਨਾਮ ਦੇ ਕੇ, ਰੂਪ ਦੇ ਕੇ, ਉਹਨਾਂ ਦੀਆਂ ਉਮਰਾਂ ਤੇ ਉਹਨਾਂ ਦਾ ਸਭ ਕੁਝ ਘੜ ਦਿੱਤਾ। ਗੁਰੂ ਨੇ ਬੜੀ ਸੋਹਣੀ ਗੱਲ ਆਖੀ, ਕਹਿਣ ਲੱਗੇ ਮੈਂ ਜਾਣਨਾ ਚਾਹੁੰਦਾ ਕਲਯੁਗ ਕੀ ਹੈ। ਕਲਯੁਗ ਲੋਕ ਬੜੀਆਂ ਕਹਾਣੀਆਂ ਘੜਦੇ ਨੇ, ਗੁਰੂ ਨਾਨਕ ਨਾਲ ਵੀ ਜੋੜਦੇ ਨੇ ਵੀ ਗੁਰੂ ਨਾਨਕ ਕੋਲ ਕਲਯੁਗ ਆਇਆ।
ਉਹਨੇ ਆ ਕੇ ਆਪਣੀ ਵਿਥਿਆ ਆਪਣੀ ਔਕੜ ਜਿਸ ਤਰ੍ਹਾਂ ਉਹ ਸਮਾਜ ਵਿੱਚ ਆਪਣਾ ਪ੍ਰਭਾਵ ਛੱਡਣਾ ਚਾਹੁੰਦਾ ਸੀ ਜਿਹੜੇ ਰੁਕਾਵਟ ਨੇ ਉਹਦੇ ਵਿੱਚ ਉਹਨਾਂ ਨੂੰ ਹਟਾਉਣ ਲਈ ਮਦਦ ਗੁਰੂ ਕੋਲੋਂ ਮੰਗਣ ਆਇਆ ਕਲਯੁਗ ਇਹ ਤਾਂ ਮਤਲਬ ਕਲਯੁਗ ਇਹ ਸਮਝਦਾ ਸੀ ਵੀ ਗੁਰੂ ਮੇਰੀ ਮਦਦ ਕਰੇਗਾ ਮੇਰੇ ਕੰਮ ਵਿੱਚ ਲਿਖਣ ਵਾਲੇ ਨੇ ਜਿਹਨੇ ਇਹ ਕਹਾਣੀ ਲਿਖੀ ਉਹਨੇ ਇਹ ਸੋਚ ਕੇ ਲਿਖੀ ਨਾ ਵੀ ਕਲਯੁਗ ਦੀ ਵੀ ਖਾਏ ਗੁਰੂ ਨਾਨਕ ਮਦਦ ਕਰਦਾ ਮਿਲਿਆ ਤੇਰਾ ਪ੍ਰਭਾਵ ਵੀ ਹੋਣਾ ਚਾਹੀਦਾ ਐਸੀਆਂ ਕਹਾਣੀਆਂ ਬੜੀਆਂ ਕੜੀਆਂ ਗੁਰੂ ਨੇ ਆਖਿਆ ਨਹੀਂ ਕਲਯੁਗ ਕੋਈ ਮਨੁੱਖ ਨਹੀਂ ਕਹਿਣ ਲੱਗੇ ਨਿਸ਼ਾਨੀ ਕੀ ਹੈ ਕਲਯੁਗ ਦੀ ਹੁਣੇ ਤੋਂ ਆਈ ਸੀ ਨਾਰਦ ਦਾ ਅਰਥ ਹੈ ਸ਼ੈਤਾਨ ਤੇ ਸ਼ੈਤਾਨ ਵੀ ਆਮ ਮਨੁੱਖਾਂ ਆਮ ਭਾਈਚਾਰੇ ਆਮ ਲੋਕਾਂ ਦਾ ਨਹੀਂ ਦੇਵਤਿਆਂ ਦਾ ਸ਼ੈਤਾਨ ਦੇਵਤਿਆਂ ਵਿੱਚੋਂ ਬੜਾ ਮਹਾਨ ਦੇਵਤਾ ਮੰਨਿਆ ਜਾਂਦਾ ਹੈ ਨਾਰਦ ਮਿਥਾਸ ਲਿਖਣ ਵਾਲਿਆਂ ਨੇ ਇਹ ਸਾਬਤ ਕਰ ਦਿੱਤਾ ਕਿ ਜਿੱਥੇ ਦਿਲ ਦੀ ਬੜੀ ਪਾਵਰ ਹੈ ਜਿੱਥੇ ਦਿਲ ਚ ਹੈ ਜਿਸ ਮਰਜ਼ੀ ਦਰਬਾਰ ਵਿੱਚ ਦੇਵਤਿਆਂ ਦੇ ਕੋਲ ਜਾਣਾ ਚ ਕੋਈ ਦੇਵਤਾ ਉਹਦੇ ਰਾਹ ਦਾ ਰੋੜਾ ਨਹੀਂ ਬਣ ਸਕਦਾ ਹਰ ਥਾਂ ਦਿਲ ਦੀ ਪਹੁੰਚ ਉਹਦੇ ਕੋਲ ਡਰਦੇ ਨੇ ਸ਼ੈਤਾਨ ਕੋਲੋਂ ਹਰ ਕੋਈ ਡਰਦਾ ਡਰਦਾ ਕਿਉਂਕਿ ਜਿੰਨੇ ਫਸਾਦ ਦੇਵਤਿਆਂ ਦੀ ਦੁਨੀਆਂ ਵਿੱਚ ਖੜੇ ਕੀਤੇ ਨੇ ਉਹ ਨਾਰਦ ਵੀ ਕੀਤੇ ਨੇ ਦੇਵਤਿਆਂ ਨੂੰ ਲੜਾਉਣਾ ਉਹਨਾਂ ਦੇ ਜਸਾਂ ਜਪ ਤਪ ਸੰਜਮ ਵਰਤ ਸਭ ਭੰਗ ਕਰਨੇ ਉਹਨਾਂ ਦੇ ਮਿਥਾਸ ਮੁਤਾਬਕ ਅਸੀਂ ਉਹਨੂੰ ਮੰਨਤਾ ਗੁਰਮਤ ਉਹਨੂੰ ਮੰਨਤਾ ਦਿੱਤੇ ਤੇ ਪਰ ਚੱਲ ਉਹਨਾਂ ਦੇ ਮਿਥਾਸ ਮੁਤਾਬਕ ਸਭ ਕੁਝ ਅਵਗਿਆ ਗੁਣਾ ਕਰਨ ਵਾਲਾ ਨਾਰਦ ਇਸ ਲਈ ਉਹਨੂੰ ਸ਼ੈਤਾਨ ਦਾ ਦਰਜਾ ਹੋ ਗਿਆ ਪਰ ਕਿਸੇ ਆਮ ਲੋਕਾਂ ਦਾ ਨਹੀਂ ਦੇਵਤਿਆਂ ਦੀ ਨਗਰੀ ਦਾ ਧਰਮ ਦੇ ਖੇਤਰ ਦਾ ਸ਼ੈਤਾਨ ਇਹਦਾ ਮਤਲਬ ਧਰਮ ਦੇ ਖੇਤਰ ਵਿੱਚ ਦੇਵਤਿਆਂ ਦੀ ਨਗਰੀ ਵਿੱਚ ਵੀ ਸ਼ੈਤਾਨ ਪੈਦਾ ਹੋ ਸਕਦੇ ਨੇ ਅੱਜ ਵੀ ਦੇਖੇ ਜਾ ਸਕਦੇ ਨੇ ਹੁਣ ਮਸਲਾ ਇਹ ਹੈ ਕਿ ਜੇ ਕਲਯੁਗ ਦੀ ਨਿਸ਼ਾਨੀ ਕੀ ਹੋਏਗੀ ਉਦੋਂ ਮੰਚ ਤੇ ਨਾਰਦ ਦਾ ਨਾਚ ਹੋਵੇਗਾ ਭਾਵ ਨਾਰਦ ਦੀ ਚੱਲੇਗੀ ਬਾਣੀ ਨੇ ਗੱਲ ਕਹਿ ਦਿੱਤੀ ਨਾਰਦ ਨਾਚੇ ਨਾਰਦ ਦਾ ਪੈਰਾ ਹੋ ਜਾਂਦਾ ਸ਼ੈਤਾਨ ਦੀ ਪਹੁੰਚ ਹੋ ਜਾਂਦੀ ਹੈ ਜਿੱਥੇ ਗੁਰਸਿੱਖ ਮੀਤ ਚਲੋ ਗੁਰ ਚਾਲੀ ਦਾ ਮਸਲਾ ਸੀ ਉੱਥੇ ਗੁਰੂ ਚਾਲੀ ਤਾਂ ਚੱਲਦਾ ਹੀ ਕੋਈ ਨਹੀਂ ਚੱਲਣ ਵਾਲਾ ਦਿਖਾਉਣ ਵਾਲਾ ਤਾਂ ਨਾਰਦ ਬੈਠਾ ਜਦੀ ਸਤੀ ਕਹਿ ਰੱਖੇ ਪਾਓ ਭਰੇ ਮਨੁੱਖ ਤਾਂ ਉਸ ਮੰਚ ਤੇ ਚੱਲ ਹੀ ਨਹੀਂ ਸਕਦੇ ਕਲਯੁਗ ਦੀ ਨਿਸ਼ਾਨੀ ਹੁਣ ਮੈਂ ਇਸ ਸ਼ਬਦ ਵੱਲ ਵਧਾ ਇਸ ਸ਼ਬਦ ਦੀ ਸ਼ਬਦਾਵਲੀ ਬੜੀ ਸਮਝਣ ਵਾਲੀ ਕਹਿਣ ਲੱਗੀ ਸੰਸਾਰ ਤੇ ਕਲਯੁਗ ਦਾ ਪ੍ਰਭਾਵ ਕੀ ਹੈ ਜਦੋਂ ਸ਼ੈਤਾਨ ਦਾ ਰਾਜ ਹੋਵੇ ਕਰਤੇ ਦੀ ਗੱਲ ਕੋਈ ਨਾ ਸੁਣੇ ਕਿਰਤ ਦੀ ਪੂਜਾ ਹੋਵੇ ਸਾਰੀ ਸ਼ਕਤੀ ਕਿਰਤ ਦੇ ਹੱਥ ਵਿੱਚ ਆ ਜਾਏ ਕਰਤੇ
दूर के पास से रख और कर देता जाए। उन्हें शब्द आया सी कल जुड़े प्रमाण विच शाली इनी शक्तिशाली हो जाए कि संसार दे लोग केवल किरत दी पूजा करना शुरू कर देन ते करते नु भूल जान। हुण किरत की है? माया, कुदरत ते माया दे नाल है संबंध जिहड़ा उहदे विचों जन्म लैंदा है वह है मन। माया विचों जन्म लैंदा है वह है मन। हुण संसार अंदर दोनों की शक्ति है। दुनिया के लोग माया नूं ते मन नूं दोहां नूं धर्म के खेत्र विच वसण वाले लोग चाहते ने यह दोनों मर जाण, क्योंकि बिन मन मुए कैसे हर पाए, रब कि मिले? मन तो मरदा नहीं, बिन मन मुए मन मरे तो आत मर जाए, सारी भटकना ही खत्म होती है। पर मन मरे कि, क्योंकि माया ते मन दोनों चीजा मारनिया बड़िया औखिया ने। गुरु ने बाणी भी आख दिता कहन लगे माया मुई ना मन मुआ, माया मुई ना मन मुआ, सर लहरी मैं मत न माया मरती पढ़ लो बार बार एक प्रेरणा कि किसी तरह मन मार ले, मन मरता नहीं। जो शब्द आई मन मरे ताहत मर जाए, बिन मन मुए कैसे हर पाए। हम मन मरे दारू जाने को है। जे कोई मारन दी मन नू मारन दी तरकीब दारू तरीका जानदा होवे तां मन मरे। ओ मरदा सी शब्द नाल, गुरबाणी दा फैसला मन मरा है दारू जाने कोए, मन शब्द मरा है बूझे जन कोए। ओ मरदा सी शब्द नाल ते शब्द है गुरु, गुरु नाल संबंध खत्म हो गया। और अजीब किस्म का दृष्टांत का रूप दिता ने इस शब्द विच, कहते ने माया ते मन दो चीजां इस संसार ते काबज हो गई। जब मनुख मन दे आके चल रहे, जब माया दे आके चल रहे, माया दे प्रभाव थले मन इंदे राज कर रहा है। गुरु ने इसे भी मन को बहुत थावे राजा ही आख्या। बाबा कबीर जी का भी शब्द बहुत देर हुई एक आया सी, उनके भी उन्हें आख्या सी कि मन राजा है ते बैठ गया एक बड़े मजबूत किले विच। हुण इहनूं किवें मारां, किवें पकड़ां, ਕਿਵੇਂ ਇਹਦੇ 'ਤੇ ਕਾਬਜ ਹੋਵਾਂ, ਮੇਰੇ ਵੱਸ ਦੀ ਗੱਲ ਨਹੀਂ। ਦੋ ਵਰਕੋਟ ਅਰਤੇ ਵਰਖਾਈ, ਪਾਂਚ ਪੱਚੀਸ ਮੋਹ ਮਰ ਮਰ ਸਰ ਆਦਿ ਪਰਬਲ ਮਾਇਆ।
मन ते गाया दोनों जन गरीब को जोर न पहुंचे कहां का रोर कराया मेरी तो कोई ताकत नहीं काम कवारी दुख सुख दरवानी पाप पुण्य दरवाजा क्रोध प्रधान महा बड दुंदर तै मन मवासी आजा दो चीजें कठी हो गई माया ते मन हम दुनिया अंदर राज कर रहे ने माया ते मन या माया दा राज है संसार ते या मन दा राज गुरु जी कौन सुने लो आकार माया ते मन दोहां दा राज है ते बेचारा जीव जेड़ा है जीव क्योंकि जीव आत्मा परमात्मा नाल संबंध रखदी अंश है तो कबीर राम राम की अंश जीव आत्मा जिहड़ी है वो परमात्मा दी अंश है परमात्मा क्योंकि करता है इसलिए मालिक है पर वो मालिक जेड़ा सी ना वो बेचारा वो भी अज बेबस होया ते जीव जेड़ा है वो मन ते माया दे हत्थां विच खेड रिहा है जीव सानू जीव आत्मा सानू मिली असीं जीव ਉਹਦੀ ਹਸਮਨਸਾ ਪਰ ਖੇਡ ਰਹੇ ਆ ਮਨ ਦੇ ਖਿਡਾਏ ਹੋਏ ਇੱਥੇ ਹੁਣ ਇੱਕ ਸਵਾਲ ਖੜਾ ਕਰਦੇ ਨੇ ਉਹ ਕਹਿੰਦੇ ਨੇ ਮਾਇਆ ਨੇ ਮਨ ਨੂੰ ਜਨਮ ਦਿੱਤਾ ਸੀ ਪਰ ਮਨ ਨੇ ਮਾਇਆ ਨਾਲ ਇੰਨਾ ਗੂੜਾ ਰਿਸ਼ਤਾ ਕਾਇਮ ਕਰ ਲਿਆ ਜਿਵੇਂ ਪਤੀ ਇਸਤਰੀ ਵਾਲਾ ਹੁੰਦਾ ਹੈ ਉਹ ਇਸੇ ਲਈ ਜੀਵਨ ਸਾਥਣ ਆਖਦੇ ਨੇ ਜਿਹੜੀ ਇੱਕ ਪਲ ਵੱਖ ਨਾ ਹੋਵੇ ਜੀਵਨ ਸਾਥਣ ਵਾਲਾ ਰਿਸ਼ਤਾ ਕਾਇਮ ਕਰ ਲਿਆ ਤੇ ਕਹਿੰਦੇ ਨੇ ਮੈਨੂੰ ਇਹੋ ਦਿਸਦਾ ਜਿਵੇਂ ਮਾਇਆ ਨੇ ਮਨ ਕਾਹਦਾ ਪੈਦਾ ਕੀਤਾ ਆਪਣਾ ਖਸਮ ਆਪਣੇ ਖਸਮ ਨੂੰ ਆਪ ਜਨਮ ਦੇ ਦਿੱਤਾ ਕਹਿਣ ਲੱਗੇ ਜੋ ਖਸਮ ਹੈ ਜਾਇਆ ਜੋ ਇੱਕ ਪਰ ਜੋਰੂ ਔਰਤ ਉਹਨੇ ਆਪਣੇ ਖਸਮ ਨੂੰ ਜਨਮ ਦਿੱਤਾ ਮਨ ਨੂੰ ਜਨਮ ਦੇ ਦਿੱਤਾ ਇੱਥੇ ਬਸ ਨਹੀਂ ਅੱਗੇ ਜਾ ਕੇ ਇਹ ਲਫ਼ਜ਼ ਕਹਿ ਦਿੱਤੇ ਕਹਿਣ ਲੱਗੇ ਕਲਯੁੱਗ ਦਾ ਪ੍ਰਭਾਵ ਕੈਸਾ ਕਲਯੁੱਗ ਦਾ ਪ੍ਰਭਾਵ ਪਿਆ ਕਿ ਮਨ ਮਾਇਆ ਦਾ ਪੁੱਤਰ ਸੀ ਪਰ ਉਹਨੇ ਮਾਇਆ ਨਾਲ ਹੀ ਵਿਆਹ ਕਰਾ ਲਿਆ ਹੁਣ ਮਨ ਮਾਇਆ ਨੂੰ ਛੱਡ ਹੀ ਨਹੀਂ ਰਿਹਾ ਗੁਰਬਾਣੀ ਨੇ ਵੀ ਕਹਿ ਦਿੱਤਾ ਮਨ ਮਾਇਆ ਮੈਂ ਰਮ ਰਹੋ ਗੁਰੂ ਤੇਗ ਬਹਾਦਰ ਪਾਤਸ਼ਾਹ ਮਨ ਮਾਇਆ ਮੈਂ ਰਮ ਰਹੋ ਨਿਕਸਤ ਨਾਹਣ ਮੀਤ ਨਾਨਕ ਮੂਰਤ ਚਿਤਲ ਜਿਉ ਛਾਡਤ ਨਾਹਣ ਮੀਤ ਮਨ ਮਾਇਆ ਨੂੰ ਛੱਡਦਾ ਹੀ ਨਹੀਂ ਮੈਨੂੰ ਇਹੋ ਦਿਸਦਾ ਹੈ ਦੇਖੋ ਲੋਗਾ ਦੁਨੀਆਂ ਦੇ ਲੋਗੋ ਦੇਖੋ ਕੈਸਾ ਕਲਯੁੱਗ ਦਾ ਸਮਾਂ ਆ ਗਿਆ ਇਸ ਦਾ ਪ੍ਰਭਾਵ ਕੀ ਪਿਆ ਕਿ ਸੁੱਤ ਮੁਕਲਾਈ ਆਪਣੀ ਮਾਂ ਆਪਣੀ ਮਾਂ ਨਾਲ ਹੀ ਵਿਆਹ ਕਰਾ ਲਿਆ ਉਹਦੇ ਨਾਲ ਹੀ ਜੁੜ ਗਿਆ ਮਨ ਦਾ ਮਾਇਆ ਨਾਲ ਇੱਕ ਅਤੁੱਟ ਰਿਸ਼ਤਾ ਹੋ ਗਿਆ ਹੁਣ ਮਨ ਤੇ ਮਾਇਆ ਦੋਨੋਂ ਇਕੱਠੇ ਹੋ ਗਏ ਤੇ ਉਹ ਵਿਚਾਰਾ ਜੀਵ ਜੀਵ ਆਤਮਾ ਜਿਹੜਾ ਬਾਪੂ ਸੀ ਉਹਨੂੰ ਹੁਣ ਮਨ ਦੁਨਿਆਵੀ ਸੰਸਾਰ ਦੀਆਂ ਖੇਡਾਂ ਪਿਆ ਖੇਡਾਉਂਦਾ ਜੀਵ ਆਤਮਾ ਜੀ ਅਸੀਂ ਆ ਅੱਜ ਜੀਵ ਕੀ ਹੈ ਮਨ ਦੇ ਆਖੇ ਲੱਗ ਕੇ ਜਿਵੇਂ ਮਨ ਖਿਡਾਉਂਦਾ ਉਹਦੀਆਂ ਖੇਡਾਂ ਖੇਡ ਰਿਹਾ ਕਹਿੰਦੇ ਨੇ ਅਸਲੀਅਤ ਵੱਲ ਮਨ ਹੈ ਕਿ ਜਿਹੜਾ ਤੇਰੇ ਤੇ ਰਾਜ ਕਰ ਰਿਹਾ ਕੈਸਾ ਕਲਯੁੱਗ ਆ ਗਿਆ ਕਹਿੰਦੇ ਨੇ ਕਲਯੁੱਗ ਕੈਸਾ ਆਇਆ ਹੈ ਉਹਦਾ
ਸੰਸਾਰ ਅੰਦਰ ਮਾਇਆ ਤੇ ਮਨ ਦੋ ਚੀਜ਼ਾਂ ਦਾ ਇੰਨਾ ਸ਼ਕਤੀਸ਼ਾਲੀ ਪਹਿਰਾ ਹੋ ਗਿਆ ਕਿ ਨਾ ਮਨੁੱਖ ਮਾਇਆ ਦੇ ਗ੍ਰਿਪ ਵਿੱਚੋਂ ਨਿਕਲ ਸਕਦਾ, ਨਾ ਮਨੁੱਖ ਮਨ ਦੇ ਗ੍ਰਿਪ ਵਿੱਚੋਂ ਨਿਕਲ ਸਕਦਾ। ਹੁਣ ਕਹਿੰਦੇ ਨੇ ਮੈਂ ਮਨ ਦੀ ਹਾਲਤ ਕੀ ਦੇਖਣਾ, ਮਨ ਕੋਈ ਦਿਸਦਾ ਤੇ ਹੈ ਹੀ ਨੀ ਕਿਸੇ ਨੂੰ, ਕੰਮ ਸਾਰੇ ਕਰ ਲਿਆ ਸਾਰੇ ਕਾਲ। ਹੁਣ ਇੱਕ ਚੀਜ਼ ਹੋਰ ਸਮਝਦੇ ਹੈ, ਕਿਰਿਆ ਤੇ ਕਰਮ ਦੋ ਚੀਜ਼ਾਂ ਜੁੜੀਆਂ ਹੋਈਆਂ ਨੇ, ਪਰ ਦੋਹਾਂ ਵਿੱਚ ਬੜਾ ਸੂਖਸ਼ਮ ਭੇਦ ਹੈ। ਕਿਰਿਆ ਪਾਪ ਨੇ, ਕਿਰਿਆ ਵਿੱਚ ਪੁੰਨ ਪਾਪ ਨੇ, ਕਰਮ ਵਿੱਚ ਹੈ। ਇਸ ਲਈ ਕਰਮ ਹੀ ਆਪੋ ਆਪਣੀ ਹੈ, ਕਿਰਿਆ ਨਹੀਂ। ਭੁੱਖ ਇੱਕ ਕਿਰਿਆ ਹੈ, ਭੁੱਖ ਇੱਕ ਕਿਰਿਆ ਹੈ, ਹੱਥ ਨੂੰ ਲੱਗਦੀ ਹੈ, ਪਰ ਜਿਹਨੂੰ ਭੁੱਖ ਲੱਗੀ ਹੈ ਉਹਨੇ ਕਿਹੋ ਜਿਹਾ ਖਾਣਾ ਖਾਣਾ ਹੈ, ਕਿਸੇ ਦਾ ਖੋਹ ਕੇ ਖਾਣਾ ਹੈ ਕਿ ਕਿਵੇਂ ਖਾਣਾ ਹੈ, ਉਸ ਖਾਣੇ ਨੂੰ ਤਿਆਰ ਕਰਨ ਲਈ, ਉਸ ਖਾਣੇ ਨੂੰ ਪੈਦਾ ਕਰਨ ਲਈ ਕਿਹੜੇ ਕਿਹੜੇ ਕੰਮ ਕਰਨੇ ਨੇ, ਇਹ ਗੱਲ ਵੱਖਰੀ ਹੈ। ਇਹ ਹੈ ਕਰਮ, ਇਹ ਕਰਮ ਹੈ। ਕਿਰਿਆ ਤੇ ਕਰਮ ਵਿੱਚ ਇਹ ਮਾਮੂਲੀ ਅੰਤਰ ਹੁੰਦਾ ਹੈ। ਕਰਮ ਕੀਤਾ ਜਾਂਦਾ ਹੈ, ਕਿਰਿਆ ਸੁਭਾਵਿਕ ਹੁੰਦੀ ਹੈ। ਕਿਰਿਆ ਟੁੱਟੇ ਤਾਂ ਮਨੁੱਖ ਪਰੇਸ਼ਾਨ ਹੁੰਦਾ ਹੈ, ਕਰਮ ਨੂੰ ਆਪਣੀ ਮਰਜ਼ੀ ਤੇ ਸ਼ਕਤੀ ਨਾਲ ਬਦਲਦਾ ਵੀ ਹੈ। ਜਿੰਨਾ ਗਿਆਨ ਹੈ ਉਹ ਕਰਮ ਦੇ ਇਫੈਕਟਿਵ ਹੈ, ਕਿਰਿਆ ਤੇ ਨਹੀਂ। ਇਸ ਲਈ ਗੁਰੂ ਨੇ ਆਖ ਦਿੱਤਾ, ਗਿਆਨ ਨੇ ਕਾਰਨ ਕਰਮ ਅਭਿਆਸ। ਗਿਆਨ ਵਾਸਤੇ ਵੀ ਕਰੋ ਸੰਬੰਧ ਹੈ ਆਪਸ ਵਿੱਚ। ਹੁਣ ਇੱਥੇ ਖਿਆਲ ਦਿੰਦੇ ਨੇ, ਕਹਿੰਦੇ ਨੇ ਮਨ ਜਿਹੜਾ ਹੈ ਉਹ ਕਰਮ ਕਰਦਾ ਹੈ, ਕਰਮ ਕਰਦਾ ਹੈ, ਪਰ ਕਰਮ ਕਰਨ ਵਾਸਤੇ ਜਿਹੜੀਆਂ ਜਿਹੜੀਆਂ ਚੀਜ਼ਾਂ ਦੀ ਲੋੜ ਹੁੰਦੀ ਹੈ ਉਹ ਉਹਦੇ ਕੋਲ ਹੈ ਨਹੀਂ, ਕਰੀ ਜਾਂਦਾ। ਜਿਹੜੀ ਚੀਜ਼ ਦੇਖਣ ਵਾਲੀ ਹੈ ਉਹ ਇਹ ਹੈ, ਕਿਉਂਕਿ ਕਰਮ ਵਾਸਤੇ ਸਰੀਰ ਚਾਹੀਦਾ, ਕਰਮ ਵਾਸਤੇ ਸਰੀਰ ਚਾਹੀਦਾ। ਹੁਣ ਮਨ ਸਰੀਰ ਤੇ ਹੈ ਨਹੀਂ, ਪਿਛਲੇ ਦਿਨਾਂ ਵਿੱਚ ਲਗਾਤਾਰ ਕੁਝ ਹਫ਼ਤੇ ਮਨ ਦੇ ਸੰਬੰਧ ਵਿੱਚ ਪ੍ਰਕਰਨ ਚੱਲ ਰਿਹਾ ਹੈ ਕਿ ਮਨ ਕਿੱਥੇ ਰਹਿੰਦਾ, ਕਿਹੋ ਜਿਹਾ ਹੈ, ਕੀ ਹੁੰਦਾ ਟਿਕਾਣਾ ਹੈ, ਕੀ ਹੁੰਦਾ ਰੰਗ ਹੈ, ਕੀ ਹੁੰਦਾ ਰੂਪ ਹੈ, ਕਿਸੇ ਨੂੰ ਪਤਾ ਨਹੀਂ। ਕਿਸੇ ਡਾਕਟਰ ਨੇ ਆਪਰੇਸ਼ਨ ਕਰਕੇ ਅੱਜ ਤੱਕ ਮਨ ਨੂੰ ਵੱਖ ਕਰਕੇ ਨਹੀਂ ਵੇਖਿਆ। ਜਦੋਂ ਉਹ ਸਰੀਰ ਨੇ ਤੇ ਫਿਰ ਕੰਮ ਸਰੀਰ ਵਾਲੇ ਕਿਵੇਂ ਕਰ ਰਹੇ। ਹੁਣ ਮਸਲਾ ਇਸ ਸ਼ਬਦ ਵਿੱਚ ਬੜੀ ਗੰਭੀਰ ਦੁਨੀਆਂ ਵਿੱਚ ਲੈ ਕੇ ਗਏ ਨੇ ਮਨ, ਕਹਿੰਦੇ ਨੇ ਮੈਂ ਦੇਖਦਾ ਕੀ ਹਾਂ, ਪਗਾਂ ਤੋਂ ਭਾਵ ਪੈਰ, ਮਨ ਦੇ ਪੈਰ ਕੋਈ ਨਹੀਂ, ਕਿਉਂਕਿ ਸਰੀਰ ਹੀ ਕੋਈ ਤਾਂ ਪੈਰ ਕਿੱਥੇ ਹੋਣੇ। ਕਹਿੰਦੇ ਨੇ ਛਾਲਾਂ ਮਾਰਨੀਆਂ, ਪੈਰ ਹੈਗੇ ਦੌੜਿਆ ਫਿਰਦਾ, ਪਾਲ ਵਿੱਚ ਮਨ ਇੱਥੇ ਹੈ, ਉਹਨੂੰ ਹਵਾਈ ਜਹਾਜ਼ ਦੀ ਲੋੜ ਨਹੀਂ, ਉਹਨੂੰ ਪੈਰਾਂ ਦੀ ਲੋੜ ਨਹੀਂ, ਉਹਨੂੰ ਖੰਭਾਂ ਦੀ ਲੋੜ ਨਹੀਂ ਕਿ ਉੱਡ ਕੇ ਕਿਤੇ ਚਲਾ ਜਾਏ। ਬੈਠਾ ਇੱਥੇ ਹੈ ਪਲਾਂ ਵਿੱਚ, ਮਨ ਹਜ਼ਾਰਾਂ ਕੋਹਾਂ ਦਾ ਸਫ਼ਰ ਕਰਕੇ ਕਿਸੇ ਦੂਸਰੇ ਦੇਸ਼ ਚਲਾ ਜਾਂਦਾ, ਕਿਵੇਂ ਚਲਾ ਜਾਂਦਾ, ਪੈਰ ਤਾਂ ਹੈ ਨਹੀਂ, ਛਾਲਾ ਮਾਰਦਾ ਫਿਰਦਾ, ਟਿਕਾਓ ਹੀ ਕੋਈ ਨੀ ਮਨ ਨੂੰ, ਪਲ ਪਲ ਭਟਕਦਾ ਫਿਰਦਾ, ਕਦੇ ਇੱਕ ਥਾਂ ਤੇ ਬੈਠ ਕੇ ਨੀ ਟਿਕ ਕੇ ਨੀ ਬਹਿੰਦਾ। ਇਹ ਮਨ ਚੰਚਲ ਆ, ਚਤਰਾ ਹੀ ਕਿਤੇ ਇੰਨਾ ਚੰਚਲ ਹੈ, ਕਦੇ ਟਿਕ ਕੇ ਕਿਸੇ ਥਾਂ ਤੇ ਬਹਿੰਦਾ ਹੀ ਨਹੀਂ। ਪਰ ਕਹਿੰਦੇ ਨੇ ਦੌੜ ਭੱਜ ਕਰਨ ਲਈ ਪੈਰ ਚਾਹੀਦੇ ਨੇ, ਪੈਰ ਦੇ ਹੈ, ਫਿਰ ਕਿਵੇਂ ਦੌੜਿਆ ਫਿਰਦਾ।
ਮੰਮੀ ਪਾਣੀ ਵਿੱਚ ਕਹਿ ਦਿੱਤਾ। ਕਹਿਣ ਲੱਗੇ ਮਾਈ ਮਨ ਮੇਰੋ ਵਸ ਨਾ ਹੈ, ਨਿਸਵਾਸਰ ਵਿਖਣ ਕੋ ਧਾਵਤ ਕੇ ਬਿਦ ਰੋਕੋ ਤਾਂ ਹੈ। ਦਿਨ ਰਾਤ ਕੁਕਰਮਾਂ ਵਿੱਚ ਵਿਸ਼ੇ ਵਿਕਾਰਾਂ ਵਿੱਚ ਦੌੜਿਆ ਫਿਰਦਾ ਹੈ, ਮੈਂ ਉਹਨੂੰ ਰੋਕਣ ਦੀ ਕੋਸ਼ਿਸ਼ ਕਰਨੀ, ਰੁਕਦਾ ਵੀ ਨਹੀਂ। ਪਰ ਮੇਰੀ ਅਜੀਬ ਗੱਲ ਹੈ, ਪੈਰ ਹੈ ਨਹੀਂ, ਪਗਾ ਬਿਨ ਕੁਈਆ ਮਾਰਤਾ, ਮੂੰਹ ਹੈ ਨਹੀਂ ਪਰ ਹੱਸ ਵੀ ਲੈਂਦਾ, ਕੋਈ ਚੀਜ਼ ਮਿਲ ਜਾਏ ਉਹਨੇ ਪਾਣੀ ਵਿੱਚ ਰੱਖ ਦਿੱਤਾ। ਜਦ ਕੁਛ ਪਾਵੇ ਤਬ ਗਰਭ ਕਰਦਾ ਹੈ, ਬੜਾ ਖੁਸ਼ ਹੁੰਦਾ ਹੈ। ਆਪਾਂ ਵੀ ਕਹਿੰਦੇ ਅੱਜ ਤੇਰਾ ਮਨ ਬੜਾ ਖੁਸ਼ ਹੈ, ਮਨ ਤੁਸੀਂ ਵੇਖਿਆ ਨਹੀਂ ਪਰ ਖੁਸ਼ ਹੈ, ਹੱਸ ਵੀ ਲੈਂਦਾ। ਫਿਰ ਕਹਿੰਦੇ ਨੇ ਜੇ ਕੋਈ ਪਰੇਸ਼ਾਨੀ ਆ ਜਾਏ ਰੋ ਵੀ ਲੈਂਦਾ, ਮੂੰਹ ਹੈ ਮਨ ਦਾ। ਜੇ ਅਸੀਂ ਸਰੀਰਕ ਰੂਪ ਦੇਖੀਏ ਤਾਂ ਹੈ ਨਹੀਂ। ਔਰ ਇਸੇ ਗੱਲ ਨੂੰ ਇੱਕ ਦ੍ਰਿਸ਼ਟਾਂਤ ਬਣਾਇਆ ਬਾਬਾ ਕਬੀਰ ਜੀ ਨੇ, ਕਹਿਣ ਲੱਗੇ ਹੱਸ ਵੀ ਲੈਂਦਾ ਰੋ ਵੀ ਲੈਂਦਾ, ਦੁੱਖ ਦਾ ਅਨੁਭਵ ਵੀ ਕਰਦਾ ਸੁੱਖ ਦਾ ਅਨੁਭਵ ਵੀ ਕਰਦਾ, ਪ੍ਰਗਟਾਵਾ ਵੀ ਕਰਦਾ ਦੁੱਖ ਦਾ ਵੀ ਸੁੱਖ ਦਾ ਵੀ, ਰੋਂਦਾ ਵੀ ਹੱਸਦਾ ਵੀ ਹੈ। ਪਰ ਮੂੰਹ ਹੈ ਨਹੀਂ, ਮਨ ਦੀ ਕਲਪਨਾ ਕਰ ਰਹੇ ਨੇ। ਕਹਿੰਦੇ ਨੇ ਪਤਾ ਲੱਗ ਜਾਂਦਾ, ਪਤਾ ਲੱਗ ਜਾਂਦਾ ਇਹਨੂੰ ਨੀਂਦ ਆਈ। ਆਪਾਂ ਚਾਰ ਆਦਮੀ ਇਕੱਠੇ ਕਿਸ ਤਰ੍ਹਾਂ ਦੇ ਬੈਠੇ ਹੋਈਏ, ਕੋਈ ਆਦਮੀ ਨੂੰ ਨਿੰਦਰਾ ਆ ਰਹੀ ਅਸੀਂ ਮਹਿਸੂਸ ਕਰ ਰਹੇ ਨੇ, ਕਿਉਂਕਿ ਤੈਨੂੰ ਨੀਂਦ ਆਈ। ਪਰ ਕਿਹੜੀ ਅਜੀਬ ਗੱਲ, ਮਨ ਤਾਂ ਸਰੀਰ ਕੋਈ ਨਹੀਂ, ਪਰ ਇੰਨੀ ਗੂੜੀ ਨੀਂਦ ਸੌਂਦਾ ਹੈ ਅਗਿਆਨਤਾ ਦੀ, ਕਿ ਕੋਈ ਗੁਰੂ ਵੀ ਹਲੂਣ ਹਲੂਣ ਜਗਾਉਣਾ ਚਾਹੁੰਦਾ ਜਾਗਦਾ ਹੀ ਨਹੀਂ। ਖਿਆਲ ਕਿਸਾ ਦੇ ਰਿਹਾ, ਕਹਿੰਦੇ ਨੀ ਮਨ ਦੀ ਕੀ ਹਾਲਤ ਹੈ। ਜਦੋਂ ਮਨ ਅਗਿਆਨਤਾ ਦੀ ਨੀਂਦ ਸੌਂਦਾ ਹੈ ਉਦੋਂ ਗੁਰੂ ਵੀ ਹਲੂਣ ਹਲੂਣ ਕੇ ਦਿਨ ਰਾਤ ਜਗਾਉਂਦਾ ਹੈ, ਜਾਗਦਾ ਹੀ ਨਹੀਂ। ਗੁਰੂ ਨੇ ਬਾਣੀ ਵਿੱਚ ਐਵੇਂ ਨਹੀਂ ਕਹਿ ਦਿੱਤਾ, ਕਹਿਣ ਲੱਗੇ ਮੈਂ ਕੀ ਦੇਖਾਂ ਦੇਖਦਾ ਹਾਂ, ਨਿਤ ਕਰੇ ਬਹੁ ਵਾਜੇ ਵਜਾਏ, ਇਹ ਮਨ ਅੰਧਾ ਬੋਲਾ ਹੈ ਕਿਸ ਆਖ ਸੁਣਾ। ਦੋ ਲਫ਼ਜ਼ ਲਾਏ ਨਾ, ਨਿਰਤ ਤੇ ਵਾਜੇ, ਇਹ ਦੋਨੋਂ ਚੀਜ਼ਾਂ ਅੱਖਾਂ ਨਾਲ ਤੇ ਕੰਨਾਂ ਨਾਲ ਸੰਬੰਧ ਰੱਖਦੀਆਂ ਨੇ, ਇੱਕ ਦੇਖਣ ਨਾਲ ਇੱਕ ਸੁਣਨ ਨਾਲ। ਨਿਰਤ ਜਿਹੜਾ ਹੈ ਉਹ ਅੱਖਾਂ ਨਾਲ ਦੇਖਿਆ ਜਾ ਸਕਦਾ, ਕੰਨਾਂ ਨਾਲ ਨਹੀਂ। ਅੱਖਾਂ ਬੰਦ ਕਰ ਲਓ, ਨਿਰਤ ਪਿਆ ਹੋਵੇ ਕੀ ਪਤਾ, ਤੇ ਵਾਜੇ ਵੱਜਦੇ ਹੋਣ, ਸੰਗੀਤ ਗਾਇਆ ਜਾਂਦਾ ਹੋਵੇ, ਕੰਨ ਬੰਦ ਕਰ ਲਓ ਅੱਖਾਂ ਖੋਲ੍ਹ ਕੇ ਦੇਖੋ ਕੀ ਫਾਇਦਾ, ਕਿਉਂਕਿ ਕੰਨਾਂ ਦਾ ਕੰਮ ਸੁਣਨਾ ਤੇ ਅੱਖਾਂ ਦਾ ਕੰਮ ਦੇਖਣਾ। ਪਰ ਗੁਰੂ ਕਹਿਣ ਲੱਗੇ ਕਿਹੜੀ ਅਜੀਬ ਗੱਲ ਹੈ, ਇਹ ਮਨ ਤਾਂ ਇਹੋ ਜਿਹਾ ਨੀਂਦ ਵਿੱਚ ਇਹੋ ਜਿਹਾ ਅੰਨਾ ਬੋਲਾ ਬਣਿਆ ਕਿ ਮੈਂ ਇਹਦੇ ਸਾਹਮਣੇ ਪ੍ਰੈਕਟੀਕਲੀ ਜੀਵਨ ਜੀ ਕੇ ਨ੍ਰਿਤ ਵੀ ਕੀਤਾ, ਇਹਨੇ ਨਹੀਂ ਸੁਣਿਆ ਅੰਧਾ, ਮੈਂ ਇਹਦੇ ਸਾਹਮਣੇ ਸ਼ਬਦ ਵੀ ਗਾਏ ਨੇ, ਗੀਤ ਵੀ ਗਾਏ ਨੇ, ਇਹਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਹੈ, ਇਹਨੇ ਨਹੀਂ ਸੁਣਿਆ ਇਹ ਬੋਲਾ। ਕਹਿਣ ਲੱਗੇ ਨਿਰਤ ਕਰੇ ਬਹੁ ਵਾਜੇ ਵਜਾਏ, ਇਹ ਮਨ ਅੰਧਾ ਬੋਲਾ ਹੈ ਕਿਸ ਆਖ ਸੁਣਾਏ। ਹੁਣ ਇੱਥੇ ਵੀ ਲੱਭਦੇ ਹੋ, ਕਹਿਣ ਲੱਗੇ ਨਿੰਦਰਾ ਬਿਨ ਨਰ ਪੈ ਸੋਵੇ, ਇੱਕ ਮਨ ਉਹ ਹੈ ਜਿਹਦਾ ਸਰੀਰ ਕੋਈ ਨਹੀਂ, ਜਿਹਦੀ ਨੀਂਦ ਨੂੰ ਕੋਈ ਪਛਾਣ ਨਹੀਂ ਸਕਦਾ, ਉਹ ਸੁੱਤਾ ਪਿਆ, ਕਿਸੇ ਦੇ ਜਗਾਇਆ ਵੀ ਨਹੀਂ ਜਾਗਦਾ। ਫਿਰ ਕਹਿਣ ਲੱਗੇ ਇਸੇ ਤਰ੍ਹਾਂ ਜਿਹੜਾ ਖੀਰ ਬਲਾਉਣਾ ਹੈ, ਦੁੱਧ ਰਿੜਕਣਾ ਹੈ, ਉਹਦੇ ਲਈ ਮਟਕੀ ਚਾਹੀਦੀ ਹੈ, ਮਟਕੀ ਚਾਹੀਦੀ ਹੈ।
ਔਰ ਬਾਣੀ ਅੰਦਰ ਵੀ ਬਾਬਾ ਰਾਮਦੇਵ ਜੀ ਦਾ ਸ਼ਬਦ ਹੈ, ਉਹਦੇ 'ਚ ਵੀ ਲਫ਼ਜ਼ ਨੇ ਤਨ ਕਰ ਮਟਕੀ ਮਨ ਮਾਹੇ ਬਿਲੋਈ, ਗੁਰਬਾਣੀ ਦਾ ਸ਼ਬਦ ਹੈ, ਤਨ ਮਟਕੀ ਹੈ ਉਹਦੇ ਵਿੱਚ ਮਨ ਬਲੋਈ ਹੈ ਮਧਾਨੀ ਹੈ, ਇਸ ਮਟਕੀ ਮੈਂ ਸ਼ਬਦ ਸੰਜੋਈ ਉਹਦੇ 'ਚ ਸ਼ਬਦ ਦਾ ਰਿੜਕਾ ਹੈ। ਹੁਣ ਤਨ ਖਰ ਮਟਕ ਤਨ ਸੀ ਮਟਕੀ ਬਾਸਨ ਬਾਸਨ ਦਾ ਬਤਨ ਦਾ ਬਰਤਨ ਕਹਿਣ ਲੱਗੇ ਤਨ ਸੀ ਬਰਤਨ ਪਰ ਮਨ ਕੋਲ ਤੇ ਤਨ ਹੈ ਨਹੀਂ, ਇਹਦਾ ਮਤਲਬ ਉਹਦੇ ਕੋਲ ਬਾਸਨ ਵੀ ਕੋਈ ਨਹੀਂ, ਮਨ ਕੋਲ ਤੇ ਤਨ ਹੈ ਨਹੀਂ, ਮਨ ਦਾ ਸਰੀਰ ਕੋਈ ਨਹੀਂ। ਇਸ ਲਈ ਮੈਂ ਕੀ ਦੇਖਣਾ ਕਿ ਬਿਨੇ ਬਾਸਨ ਖੀਰ ਬਿਲੋਵੇ, ਉਹ ਬਿਨਾਂ ਹੀ ਬਰਤਨ ਤੋਂ ਆਪਣੀਆਂ ਆਪਣੀਆਂ ਕਲਪਨਾਵਾਂ ਦੇ ਦਿਨ ਰਾਤ ਰਿੜਕਾ ਪਾਈ ਬੈਠਾ ਹੈ, ਆਪਣੀਆਂ ਹੀ ਕਲਪਨਾਵਾਂ ਜਿਹੜੀਆਂ ਨੇ, ਜੇ ਤਨ ਤੇ ਹੈ ਨਹੀਂ ਉਹਦੇ ਕੋਲ ਉਹਦੀਆਂ ਲੋੜਾਂ ਵੀ ਤਨ ਵਾਲੀਆਂ ਕੋਈ, ਪਰ ਦਿਨ ਰਾਤ ਕਲਪਨਾਵਾਂ ਦਾ ਅਡੰਬਰ ਬੜਾ ਵੱਡਾ ਰਚਿਆ ਹੋਇਆ। ਫਿਰ ਕਹਿਣ ਲੱਗੇ ਮੇਰਾ ਆਪਣਾ ਹੀ ਅਡੰਬਰ ਨਹੀਂ ਰਚਿਆ ਹੋਇਆ, ਉਹਦੇ ਨਾਲ ਮਾਇਆ ਵੀ ਉਹ ਜੁੜੀ ਹੋਈ ਹੈ ਜਿਹੜੀ ਬਿਨ ਅਸਥਨ ਗਊ ਲੋਏ ਨਹੀਂ, ਉਹਦੀ ਵੀ ਕੋਈ ਸ਼ਕਲ ਨਹੀਂ, ਮਾਇਆ ਦਾ ਵੀ ਕੋਈ ਸਰੀਰ ਨਹੀਂ, ਬਲਕਿ ਮਾਇਆ ਦਾ ਸਰੀਰ ਨਾ ਕਹਿ ਕੇ ਜਦੋਂ ਇਹ ਲਫ਼ਜ਼ ਆਏ ਨਾ ਕਿ ਮਾਇਆ ਕੀ ਹੈ, ਆਪਾਂ ਉਸ ਦਿਨ ਤੋਂ ਆਈ ਸੀ ਬੜਾ ਸਪਸ਼ਟ ਆਖਿਆ, ਕਹਿਣ ਲੱਗੇ ਇਹ ਮਾਇਆ, ਇਹ ਮਾਇਆ ਜਿੱਤ ਹਰ ਵਿਸਰੇ ਮੋਹ ਉਪਜੈ ਭਾਉ ਦੂਜਾ ਲਾਇਆ, ਕਹਿਣ ਲੱਗੇ ਉਹਦਾ ਵੀ ਸਰੀਰ ਕੋਈ ਨਹੀਂ, ਪਰ ਦੁਨੀਆਂ ਨੂੰ ਇਉਂ ਪਿੱਛੇ ਲਾਇਆ ਹੋਇਆ ਕਿ ਉਹ ਸਮਝਦੇ ਨੇ ਕਿ ਸਾਰੇ ਪਦਾਰਥ ਹੀ ਮਾਇਆ ਕੋਲ ਨੇ, ਗਊ ਲਵੇਰੀ ਹੈ, ਜਿਹਦੇ ਕੋਲ ਮਾਇਆ ਨਹੀਂ ਉਹਦੇ ਕੋਲ ਕੁਝ ਵੀ ਨਹੀਂ, ਮਾਇਆ ਤੋਂ ਬਾਅਦ ਪੈਸਾ ਨਹੀਂ, ਇੱਕ ਐਸਾ ਭਰਮ ਬਣਾ ਦਿੱਤਾ ਹੈ, ਮਾਇਆ ਦਾ ਸਰੂਪ ਸ਼ਕਲ ਵੱਖਰੀ ਨਹੀਂ ਬਣਾਈ, ਕਹਿਣ ਲੱਗੇ ਸਥਾਨ ਕੋਈ ਨਹੀਂ, ਭਾਵੇਂ ਉਹਦਾ ਸਰੀਰ ਕੋਈ ਨਹੀਂ, ਮਾਇਆ ਦਾ ਕੋਈ ਸਰੀਰ ਨਹੀਂ, ਮਾਇਆ ਦੀ ਕੋਈ ਸ਼ਕਲ ਨਹੀਂ, ਪਰ ਲੋਕਾਂ ਦੇ ਹਿਰਦੇ ਵਿੱਚ ਗਊ ਲਵੇਰੀ ਹੈ ਕਿ ਸਾਰੇ ਪਦਾਰਥ ਇੱਥੋਂ ਮਿਲਦੇ ਨੇ, ਉਹ ਰੱਬ ਨੂੰ ਵੀ ਭੁੱਲੇ ਪਏ ਨੇ, ਇਹ ਮਾਇਆ ਜਿੱਤ ਹਰ ਵਿਸਰੇ ਮੋਹ ਉਪਜੈ ਭਾਉ ਦੂਜਾ ਲਾਇਆ, ਬਿਨ ਅਸਥਨ ਗਊ ਲਵੇਰੀ, ਸਮਝਦੇ ਨੇ ਸਾਰਾ ਕੁਝ ਮਾਇਆ, ਸਾਰਾ ਕੁਝ ਸਾਨੂੰ ਮਾਇਆ ਦਿੰਦੀ। ਕਹਿਣ ਲੱਗੇ ਇੱਕ ਗੱਲ ਮੈਂ ਹੋਰ ਕਹਿਣਾ ਚਾਹੁੰਦਾ, ਉਹ ਮਨ ਦੀ ਕੀ ਹਾਲਤ ਹੈ, ਪੈਂਡੇ ਬਿਨ ਬਾਟ ਕਨੇਰੀ, ਮਰਜ਼ਲ ਕੋਈ ਨਹੀਂ ਤੁਰਿਆ ਜਾਂਦਾ, ਵਾਟ ਬੜੀ ਲੰਬੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਇੱਕ ਥਾਵੇਂ ਇੱਕ ਐਗਜ਼ਾਮਪਲ ਹੈ ਨਾ, ਕਹਿਣ ਲੱਗੇ ਬਲਦ ਦੀਆਂ ਅੱਖਾਂ ਤੇ ਖੋਪੇ ਬਣ ਦਿੰਦਾ ਹੈ, ਖੋਪੇ ਬਣ ਦਿੰਦਾ ਤੇ ਕੋਲੂ ਅੱਗੇ ਜੋੜ ਦਿੰਦਾ, ਬਲਦ ਚੱਲ ਪੈਂਦਾ। ਹੁਣ ਇਹ ਤਾਂ ਨਹੀਂ ਵੀ ਉਹ ਪੈਂਡਾ ਨਹੀਂ ਕਰਦਾ, ਉਹ ਤੇ ਸਮਝਦਾ ਮੈਂ ਬੜਾ ਪੈਂਡਾ ਕਰ ਰਿਹਾ, ਬੜੀ ਵਾਟ ਕਰ ਰਹੀ, ਮੈਂ ਹੁਣ ਜ਼ਰੂਰ ਕਰਦੇ ਜਿਹੜੇ ਪਹੁੰਚ ਕੇ ਆਵਾਂ, ਸਾਰਾ ਦਿਨ ਚੱਲ ਵੀ ਜਾਂਦਾ, ਸਾਰਾ ਦਿਨ ਚੱਲ ਵੀ ਜਾਂਦਾ, ਬੜੀ ਵਾਟ ਕਰ ਲਈ, ਬੜੇ ਮੀਲ ਸਫ਼ਰ ਕਰ ਲਿਆ, ਪਰ ਜਦੋਂ ਅੱਖਾਂ ਤੋਂ ਖੋਪਰੇ ਉਤਰੇ ਨਾ, ਪਤਾ ਲੱਗਾ ਮੈਂ ਜਿੱਥੇ ਸਾਂ ਉੱਥੇ ਪੈਂਡਾ ਤਾਂ ਤੈ ਹੀ ਕੋਈ ਨਹੀਂ ਹੋਇਆ, ਵਾਟ ਕਿਹੜੇ ਨਹੀਂ ਕਰ ਲਈ। ਮਨੁੱਖ ਦੀ ਜ਼ਿੰਦਗੀ ਦੀ ਇਹ ਹਾਲਤ ਬਣ ਗਈ, ਤੇਲੀ ਦੇ ਬਲਦ ਵਾਂਗੂ ਦੌੜਿਆ ਜਾਂਦਾ ਖੜਾ ਉੱਥੇ ਤੋਂ ਉੱਥੇ, ਫਰਕ ਕੋਈ ਨਹੀਂ ਪੈਂਦਾ। ਗੁਰੂ ਬਾਬਾ ਕਬੀਰ ਜੀ ਮਨ ਦੀ ਆਖਰੀ ਅਵਸਥਾ ਚ ਇਹ ਨਾਲ ਲਫ਼ਜ਼ ਫਰਮਾਉਂਦੇ ਨੇ,
ਲੱਗੇ ਹੁਣ ਇਹਨੂੰ ਕੌਣ ਸਮਝਾਏ ਵੀ ਭਰਿਆ ਜੇ ਤੇਰੇ ਕੋਲ ਪੈਂਡਾ ਮੰਜ਼ਲ ਨਹੀਂ ਤੇ ਇਹ ਵਾਟ ਤੇਰੀ ਕਿਸੇ ਕੰਮ ਨਹੀਂ ਪਰ ਕੌਣ ਸਮਝਾਏ ਕਹਿਣ ਲੱਗੇ ਸਤਿਗੁਰੂ ਹੋਵੇ ਤਾਂ ਉਹ ਇਹਨੂੰ ਵਾਟ ਸਮਝਾਵੇ ਤਾਂ ਇਹਨੂੰ ਪਤਾ ਲੱਗ ਜਾਏ ਕਿ ਮੈਂ ਐਵੇਂ ਜੀਵਨ ਦਾ ਸਫ਼ਰ ਕਰ ਕਰਕੇ ਗੁਆ ਲਿਆ ਇੱਕ ਜਨਮ ਨੇ ਕਈ ਜਨਮਾਂ ਵਿੱਚ ਗੁਆ ਲਿਆ ਕਹਿਣ ਲੱਗੇ ਬਹੁਤ ਸਜਾਏ ਪਾਇਆ ਦੇਸ਼ ਲੰਮੇ ਕਹਿਣ ਲੱਗੇ ਬੜਾ ਜੀਵਨ ਦਾ ਸਫ਼ਰ ਕੀਤਾ ਪਰ ਕੁਛ ਮੰਜ਼ਲ ਨਹੀਂ ਮੈਨੂੰ ਇਹ ਗੱਲ ਗੁਰੂ ਨੇ ਸਮਝਾਈ ਕਹਿਣ ਲੱਗੇ ਵਿੱਚ ਜੁੜ ਗਏ ਨੇ ਮਾਨੋ ਸੁੱਤ ਮੁਕਲਾਈ ਆਪਣੀ ਮਾਂ ਉਹ ਦੋਵਾਂ ਦਾ ਗੂੜਾ ਰਿਸ਼ਤਾ ਹੋ ਗਿਆ ਦੋਨੋਂ ਸੰਸਾਰ 'ਤੇ ਕਾਬਜ਼ ਹੋ ਕੇ ਦੁਨੀਆਂ ਦਾ ਰਾਜ ਕਰ ਰਹੇ ਨੇ ਕਿੱਡੀ ਅਜੀਬ ਗੱਲ ਹੈ ਐਸੀ ਸ਼ਕਤੀ ਉਹਨਾਂ ਕੋਲ ਹੈ ਕਿ ਉਹ ਬਿਨਾਂ ਪੈਰਾਂ ਤੋਂ ਦੌੜ ਵੀ ਸਕਦੇ ਨੇ ਬਿਨਾਂ ਹੱਥਾਂ ਤੋਂ ਕਰ ਵੀ ਸਕਦੇ ਨੇ ਉਹ ਬਿਨਾਂ ਅੱਖਾਂ ਦੇ ਦੇਖ ਸਾਰਾ ਕੁਝ ਬਿਨਾਂ ਸਰੀਰ ਦੀ ਬਿਨਾਂ ਕਿਸੇ ਤਵੱਜੋ ਦੀ ਹੋ ਰਿਹਾ ਅਤੇ ਮਨੁੱਖ ਉਸਨੂੰ ਪਛਾਣ ਨਹੀਂ ਰਿਹਾ ਹੁਣ ਸਰੀਰ ਕਰਕੇ ਹੋਵੇ ਤਾਂ ਮਨੁੱਖ ਪਛਾਣੇ ਐਸੀ ਉਲਝਣ ਵਿੱਚ ਸੰਸਾਰ ਪੈ ਗਿਆ ਗੁਰੂ ਕਹਿੰਦੇ ਨੇ ਇਹ ਕਲਯੁੱਗ ਦੀ ਨਿਸ਼ਾਨੀ ਹੈ ਇਹਨਾਂ ਸ਼ਬਦਾਂ ਨਾਲ ਕੇ ਮਦਦ ਕਰਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ